ਪੂਰੇ ਜੱਗ 'ਤੇ ਵੱਸੇ ਹੋਏ ਪੰਜਾਬੀ ਪਿਆਰਿਓ, ਇਸ਼ਾਨ ਬਾਜਵਾ ਦਾ ਸਲਾਮ ਕਬੂਲੋ। ਜੱਟ ਕਬੀਲਿਆਂ 'ਚੋਂ ਅੱਜ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਚਾਲਾ ਜੱਟ ਕਬੀਲੇ ਦੇ ਬਾਰੇ 'ਚ। ਕਚਾਲਾ ਸੂਰਜਵੰਸ਼ੀ ਜੱਟਾਂ ਵਿੱਚੋਂ ਹਜ਼ਾਰਾਂ ਸਾਲ ਪੁਰਾਣਾ ਕਬੀਲਾ। ਕਚਾਲਾ ਸਲਾਦ ਵਾਲੇ ਗੋਂਗਲੂ ਨੂੰ ਵੀ ਆਖਦੇ ਨੇ। ਕਚਾਲਾ ਪੁੱਤਰ ਸੀ ਛਜਰਾਹ ਦਾ ਅਤੇ ਪੋਤਰਾ ਸੀ ਮਾਲਰਾ ਮੱਲੀ ਦਾ ਅਤੇ ਪੜਪੋਤਾ ਸੀ ਸਰੋਇਆ ਦਾ। ਇਹ ਲੋਕ ਮੁਜ਼ੱਫਰਗੜ੍ਹ ਅਤੇ ਦੱਖਣੀ ਪੰਜਾਬ ਵਿੱਚ ਤਗੜੇ ਜਗੀਰਦਾਰ ਨੇ ਅਤੇ ਸ਼ਿਕਾਰਪੁਰ, ਜਾਮਪੁਰ, ਕੋਟ, ਉਮਰਕੋਟ, ਫਤਿਹਪੁਰ, ਕਸ਼ਮੋਰ, ਤੀਕਰ, ਸਿੰਧ ਦਰਿਆ ਦੇ ਦੋਵਾਂ ਕੰਢਿਆਂ 'ਤੇ ਵੱਸਦੇ ਨੇ। ਇਸ ਦੇ ਨਾਲ ਨਾਲ ਇਹ ਲੋਕ ਸਰਗੋਧਾ, ਖੁਸ਼ਾਬ, ਨੂਰਪੁਰ, ਥਲ, ਬਹਾਵਲਪੁਰ, ਮੁਲਤਾਨ, ਡੇਰਾ ਗਾਜ਼ੀ ਖਾਂ ਦੇ ਨਾਲ ਨਾਲ ਢੇਰ ਗਿਣਤੀ ਵਿੱਚ ਵੱਸਦੇ ਨੇ ਅਤੇ ਮਲਕ ਸਦਾਉਂਦੇ ਨੇ ਅਤੇ ਹਿੰਦੂ, ਮੁਸਲਮਾਨ ਅਤੇ ਸਿੱਖਾਂ ਵਿੱਚ ਮਿਲਦੇ ਨੇ। ਹੁਣ ਅਸੀਂ ਵੇਖਦੇ ਹਾਂ ਵੀ ਹੋਰ ਕਿਹੜੇ ਤਾਰੀਖੀ ਤਜ਼ਕਰੇ ਅੰਦਰ ਕਚਾਲਾ ਜੱਟ ਕਬੀਲੇ ਦਾ ਜ਼ਿਕਰ ਮਿਲਦਾ ਹੈ। ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਅੰਦਰ ਈ ਡੀ ਮੈਕਲੇਗਨ ਅਤੇ ਐਚ ਏ ਰੋਜ਼ ਹੋਰਾਂ ਕਚਾਲਾ ਦੇ ਸਰਨਾਵੇ ਹੇਠ ਲਿਖਿਆ, ਜ਼ਿਲ੍ਹਾ ਮੁਲਤਾਨ ਦੇ ਸ਼ਜਾਬਾਦ ਤਹਿਸੀਲ ਵਿੱਚ ਡੰਡੀ ਪੱਟੀ ਤਗੜਾ ਵਾਹੀਵਾਨ ਜੱਟ ਕਬੀਲ ਚਾ। ਹੁਣ ਅਸੀਂ ਕਚਾਲਾ ਜੱਟ ਕਬੀਲੇ ਦਾ ਉਹ ਕੁਰਸੀਨਾਮਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੋ ਮੀਰਪੁਰ ਮਥੇਲਾ ਸਿੰਘ ਤੋਂ ਸਾਡੇ ਮਿੱਤਰ ਪਿਆਰੇ ਆਰੀਆ ਡਾਕਟਰ ਲਾਲ ਬਖਸ਼ ਨਾਇਕ ਮੱਲੀ ਜੱਟ ਨੇ ਸਾਡੇ ਨਾਲ ਸਾਂਝਾ ਕੀਤਾ। ਉਸ ਕੁਰਸੀਨਾਮੇ ਮੁਤਾਬਕ ਹਜ਼ਰਤ ਆਦਮ ਅਲੈਹਿਸ ਸਲਾਮ, ਜਿਨ੍ਹਾਂ ਨੂੰ ਹਿੰਦੀ ਸ਼ਿਵ ਸ਼ੰਕਰ ਜਾਂ ਮਹਾਦੇਵ ਆਖਿਆ ਗਿਆ, ਉਹਨਾਂ ਤੋਂ ਚੋਖਾ ਗਿਰੇ ਜਾ ਕੇ ਨਾਂ ਆਉਂਦਾ ਹਜ਼ਰਤ ਨੂਹ ਅਲੈਹਿਸ ਸਲਾਮ ਦਾ, ਜਿਨ੍ਹਾਂ ਨੂੰ ਹਿੰਦੀ 'ਚ ਦੂਸਰਾ ਮਨੂ ਆਖਿਆ ਗਿਆ, ਅਤੇ ਉਹਨਾਂ ਦੀ 270 ਗਜ਼ ਕਬਰ ਜਿਹੜੀ ਹੈ ਮੰਡਾ ਗੁਜਰਾਤ ਕਾਠੀਆਵਾੜ ਵਿੱਚ ਮੌਜੂਦ ਹੈ। ਹਜ਼ਰਤ ਨੂਹ ਅਲੈਹਿਸ ਸਲਾਮ ਦੀਆਂ ਦੋ ਸੁਆਣੀਆਂ ਵਿੱਚੋਂ 7 ਪੁੱਤਰ ਹੋਏ। ਉਹਨਾਂ ਦੀ ਪਹਿਲੀ ਸੁਆਣੀ ਸਨਹਾ ਦੇ ਕੁੱਖੋਂ 3 ਪੁੱਤਰ ਸਾਮ, ਹਾਮ ਅਤੇ ਯਾਫਸ ਹੋਏ। ਯਾਫਸ ਨੂੰ ਹਿੰਦੀ 'ਚ ਮਹੇਸ਼ ਵੀ ਆਖਿਆ ਗਿਆ ਅਤੇ ਉਹਨਾਂ ਦੀ ਦੂਸਰੀ ਬੀਵੀ ਵਾਇਲਾ ਦੀ ਕੁੱਖੋਂ 4 ਪੁੱਤਰ ਕਨਾਨ, ਯਰਨ, ਹਰਹਰ ਅਤੇ ਅਜਮ ਹੋਏ। ਲੇਕਿਨ ਇਹ ਦੂਜੇ ਜਿਹੜੇ ਮਗਰਲੇ ਸਨ, 5 ਮਾਂ ਪੁੱਤਰ, 4 ਪੁੱਤਰ ਅਤੇ 5ਵੀਂ ਮਾਂ, ਇਹ ਹਜ਼ਰਤ ਨੂਹ ਅਲੈਹਿਸ ਸਲਾਮ ਹੋਰਾਂ ਦੇ ਬੇਅਦਬ ਸਨ। ਉਹਨਾਂ ਦੇ ਆਖੇ ਲੱਗ ਕੇ ਉਹਨਾਂ ਦੇ ਬੇੜੇ ਵਿੱਚ ਨਾ ਬੈਠੇ ਅਤੇ ਸਿੱਟਾ ਇਹ ਨਿਕਲਿਆ ਕਿ ਤੂਫਾਨੀ ਨੂਹ ਦੇ ਵਿੱਚ ਡੁੱਬ ਕੇ ਬੇਨਿਸ਼ਾਨ ਹੋ ਗਏ। ਮੁੜ ਕੇ ਹਜ਼ਰਤ ਨੂਹ ਅਲੈਹਿਸ ਸਲਾਮ ਦੇ ਜਿਹੜੇ ਪਹਿਲੇ 3 ਪੁੱਤਰ ਸਨ, ਉਹਨਾਂ ਦੀ ਔਲਾਦ ਅੱਗੇ ਵਧੀ। ਸਾਮ ਦੀ ਔਲਾਦ ਜਿਹੜੀ ਹੈ ਸਾਮੀ ਨਸਲ ਸਦਾਈ ਅਤੇ ਏਸ਼ੀਆ 'ਚ ਵੱਸ ਗਈ। ਹਾਮ ਦੀ ਔਲਾਦ ਜਿਹੜੀ ਅਫਰੀਕਾ 'ਚ ਜਾ ਵੱਸੀ ਅਤੇ ਯਾਫਸ, ਜਿਹਨੂੰ ਮਹੇਸ਼ ਆਖਿਆ ਗਿਆ, ਉਹਦੀ ਔਲਾਦ ਤੁਰਕੀ, ਚੀਨ ਅਤੇ ਯੂਰਪ ਦੇ ਵਿੱਚ ਜਾ ਵੱਸੀ। ਮੁੜ ਕੇ ਸਾਮ ਦੇ ਜਿਹੜੇ ਪੁੱਤਰ ਹੋਏ ਉਹ ਸਨ ਅਰਫਕਾ ਸਿੰਧ ਅਤੇ ਈਸ਼ਵਰ, ਜਿਹਨੂੰ ਹਿੰਦ ਵੀ ਕਿਹਾ ਗਿਆ, ਅਰਫਕਾ ਸਿੰਧ ਨੂੰ ਨਿਰਾ ਸਿੰਧ ਵੀ ਕਿਹਾ ਗਿਆ, ਅਤੇ ਆਰਾਮ ਜਿਹਨੂੰ ਜਿਹਦੇ ਨਾਂ ਤੋਂ ਆਰਮੀਨੀਆ ਮੁਲਕ ਪਿਆ, ਅਸਵਰ ਜਿਹਦੇ ਨਾਂ ਤੋਂ ਫਾਰਸ ਦਾ ਇਲਾਕਾ ਆਬਾਦ ਹੋਇਆ, ਲੋਧ ਜਿਹਦੇ ਨਾਂ ਤੋਂ ਰੋਮ ਦਾ ਇਲਾਕਾ ਆਬਾਦ ਹੋਇਆ, ਬਲਕਾਨ ਜਿਹਦੇ 2 ਪੁੱਤਰ ਖਰਾਸਾਨ ਅਤੇ ਸ਼ਾਮ ਹੋਏ ਨੇ, ਸਮਆਨ ਅਤੇ ਕਨਆਨ, ਕਨਾਨ ਨੂੰ ਕੀਕਾਨ ਵੀ ਕਿਹਾ ਗਿਆ, ਲਾਵਰ ਅਤੇ ਈਲਾਮ, ਇਲਾਮ ਨੂੰ ਅਰਬਾਂ ਨੇ ਗੀਲਾਮ ਆਖਿਆ ਅਤੇ ਅਗਲਾ ਪੁੱਤਰ ਸੀ ਮੂਰਚ। ਅੱਗੋਂ ਅਰਫਕਾ ਸਿੰਧ, ਸਿੰਧ ਦੇ ਪੁੱਤਰ ਹੋਏ ਸੱਖਰ, ਭੱਖਰ, ਠੱਠਾ, ਹੋਲ, ਹਰਮੇਸ਼, ਅਮਰ, ਅਮਰ ਦੀ ਨਸਲੋਂ ਸਿਕੰਦਰ ਜ਼ੁਲ ਕੁਰਨੈਨ ਹੋਏ ਨੇ, ਡਾਗਰ, ਇਹ ਗੈਰ ਆਰੀਆ ਨਸਲ ਦੱਸੀ ਜਾਂਦੀ, ਜਲੂਦਰ, ਜਾਸ਼ਰ, ਜਾਸ਼ਰ ਦਾ ਦੂਜਾ ਨਾਂ ਲਾਉਜ਼ਰ ਵੀ ਸੀ, ਅਤੇ ਸਮੂਦ ਬਾਦਸ਼ਾਹ ਇਸ ਨਸਲ ਹੋਏ ਨੇ ਜਿਹਦਾ ਜ਼ਿਕਰ ਕੁਰਾਨ ਪਾਕ 'ਚ, ਅਤੇ ਸਮਾ ਖਾਨਦਾਨ ਵੀ ਜੱਟਾਂ ਦਾ ਜਿਹੜਾ ਉਹ ਵੀ ਇਸੇ ਨਸਲੋਂ ਹੋਇਆ।
ਅਗਲਾ ਪੁੱਤਰ ਗੁਜਰਾਤ ਸਿੰਘ ਦੇ ਤਿੰਨ ਪੁੱਤਰ ਹੋਏ ਨੇ ਜੋਧ ਬੀਕਾ ਅਤੇ ਜੈਸਲ, ਜਿਨ੍ਹਾਂ ਜੋਧਪੁਰ ਬੀਕਾਨੇਰ ਅਤੇ ਜੈਸਲਮੀਰ ਵਸਾਏ। ਅਗਲੇ ਪੁੱਤਰ ਦਾ ਨਾਂ ਗਾਰਾ ਸੀ ਜਿਹਦੇ ਨਾਂ ਤੋਂ ਹੜੱਪਾ ਸ਼ਹਿਰ ਪਿਆ। ਅਗਲੇ ਪੁੱਤਰ ਦਾ ਨਾਂ ਟੈਕਸਲਾ, ਅਗਲੇ ਦਾ ਹੰਡ ਸੀ ਜਿਹਦੇ ਨਾਂ ਤੋਂ ਸੁਆਬੀ ਸ਼ਹਿਰ ਵਸਿਆ। ਅਗਲੇ ਪੁੱਤਰ ਦਾ ਨਾਂ ਆਸਾਮ ਸੀ ਅਤੇ ਅਗਲੇ ਦਾ ਤਾਮਲੀ, ਜਿਹਦੇ ਨਾਂ ਤੋਂ ਤਾਮਲ ਕੌਮ ਜਿਹੜੀ ਹੈ, ਤਾਮਿਲਨਾਡੂ ਦੇ ਇਲਾਕੇ ਜਿਹੜੀ ਕੌਮ ਵੱਸਦੀ ਹੈ, ਉਹ ਆਬਾਦ ਹੋਈ। ਅਗਲੇ ਪੁੱਤਰ ਦਾ ਨਾਂ ਮੂਲਾ ਸੀ। ਮੂਲਾ ਤੋਂ ਮੂਲਸਤਾਨ ਜਾਂ ਮੁਲਤਾਨ ਜਾਂ ਕਸ਼ੇਪੁਰਾ ਦਾ ਜਿਹੜਾ ਪੁਰਾਣਾ ਨਾਂ ਮੁਲਤਾਨ ਦਾ, ਇਹਦੀ ਔਲਾਦ ਇੱਥੇ ਸੀ। ਅਗਲਾ ਮਿਜ਼ੂਰਾਮ, ਅਗਲਾ ਮਕਰਾਨ, ਮਕਰਾਨ ਦਾ ਦੂਜਾ ਨਾਂ ਮਕਾਨ ਵੀ ਹੈ। ਅਗਲੇ ਪੁੱਤਰ ਦਾ ਨਾਂ ਕਰਮਾਨ ਸੀ, ਜਿਹੜਾ ਜਿਹਦੀ ਨਸਲ ਜਿਹੜੀ ਹੈ ਈਰਾਨ ਦਾ ਸੂਬਾ ਕਰਮਾਨ ਜਿਹੜਾ ਉੱਥੇ ਵੱਸਦੀ ਹੈ। ਅਗਲੇ ਪੁੱਤਰ ਦਾ ਨਾਂ ਹਨਵਾਦਰ ਸੀ, ਹਨਵਾਦਰ ਦਾ ਦੂਜਾ ਨਾਂ ਗਵਾਦਰ ਵੀ ਹੈ। ਅਤੇ ਅਗਲਾ ਪੁੱਤਰ ਸੀ ਕੀ ਕਾਨ, ਜਿਹਨੂੰ ਜਿੱਦਾਂ ਜਿਹਦੀ ਨਸਲ ਜਿਹੜੀ ਹੈ ਕਲਾਤ ਵਿੱਚ ਵੱਸਦੀ ਹੈ। ਅਗਲੇ ਪੁੱਤਰ ਦਾ ਨਾਂ ਖੁਸ਼ਦਾਰ ਸੀ ਅਤੇ ਅਗਲੇ ਪੁੱਤਰ ਦਾ ਨਾਂ ਸੀਸ ਸੀ। ਸੀਸ ਦੀ ਨਸਲ ਜਿਹੜੀ ਹੈ ਸੂਬਾ ਸੀਸਤਾਨ ਈਰਾਨ ਦੇ ਵਿੱਚ ਵੱਸਦੀ ਹੈ। ਅੱਗੋਂ ਮੂਲਾ ਦੇ ਪੁੱਤਰ ਹੋਏ ਆਸਟੂਬਰ, ਸਰਵਾਈ ਅਤੇ ਇਰਮ, ਅਤੇ ਅੱਗੋਂ ਇਰਮ ਦਾ ਪੁੱਤਰ ਹੋਇਆ ਊਜ਼, ਅਤੇ ਊਜ਼ ਦਾ ਪੁੱਤਰ ਫਿਰ ਇਰਮ ਹੋਇਆ। ਇਸ ਇਰਮ ਦਾ ਨਾਂ ਸਾਗਤ ਵੀ ਸੀ ਅਤੇ ਅੱਗੋਂ ਇਸ ਇਰਮ ਦੇ ਪੁੱਤਰ ਹੋਏ ਨੇ ਆਦ, ਅਤੇ ਆਦ ਜਿਹੜਾ ਸੀ ਉਹਦਾ ਦੂਜਾ ਨਾਂ ਮੋਹਨ ਵੀ ਸੀ। ਮੋਹਨ ਜੋ ਦੜੋ ਜਾਂ ਮੋਹਨ ਕੋਟ ਜਾਂ ਰਿਨੀ ਕੋਟ, ਇਹ ਉਹਦੇ ਨਾਂ 'ਤੇ ਹੀ ਨੇ। ਔਰ ਇਹਦੇ ਆਦ ਦੇ ਪੁੱਤਰ ਹੋਏ ਨੇ ਅੱਗੋਂ ਜਲੂਦ, ਸਹਿਰੇਬ, ਸਹਿਰੇਬ ਦੀ ਨਸਲੋਂ ਨਮਰੂਦ ਬਾਦਸ਼ਾਹ ਹੋਇਆ। ਪੱਤਨ, ਕਾਹੂ, ਜੁੱਕਰ, ਡੀਜੀ, ਅਰੋੜ, ਦੁਹਾਗਾ, ਰੋੜਕਾ, ਟੈਕਸਲਾ, ਹਰੀਪੋਪੀਆ, ਤਲੂੰਜਾ, ਡਾਗਾ, ਸ਼ਦਾਦ, ਇਹ ਉਹ ਬਾਦਸ਼ਾਹ ਜਿਹਨੇ ਜੰਨਤ ਦੋਜ਼ਖ ਬਣਾਈ ਸੀ। ਸ਼ਦੀਦ, ਬਾਲਾ ਜਿਹਦੇ ਨਾਂ ਤੋਂ ਬਾਲਾਕੋਟ ਦੇ ਕਿਲ੍ਹੇ, ਮੇਹਰ, ਮੇਹਰਗੜ੍ਹ ਬਲੋਚਿਸਤਾਨ ਦੇ ਵਿੱਚ ਕਿਲ੍ਹਾ, ਅਤੇ ਸੁਹਾਗਾ। ਅੱਗੋਂ ਜਲੂਦ ਦੇ ਪੁੱਤਰ ਹੋਏ ਨੇ, ਇਹਨਾਂ ਦੇ ਵਿੱਚੋਂ ਜਿਹੜਾ ਜਲੂਦ ਸੀ ਉਹਦੇ ਪੁੱਤਰ ਹੋਏ ਨੇ ਭਾ, ਅਰਨੰਦ, ਛੱਲਾ, ਅੰਬਰ, ਬ੍ਰਹਮਾ, ਸੁਹਾਗਾ ਅਤੇ ਮੋਢਾ। ਅੱਗੋਂ ਇਹਨਾਂ ਵਿੱਚੋਂ ਭਾ ਜਿਹੜਾ ਹੈ ਉਹਦੇ ਪੁੱਤਰ ਹੋਏ ਨੇ ਵਿਸ਼ਨੂਵੇ, ਸੁਰੰਭੂ, ਸ਼ੰਕਰ, ਚੇਤੂ, ਸੇਂਭੂ ਅਤੇ ਗੋਰਖ। ਗੋਰਖ ਦਾ ਦੂਜਾ ਨਾਂ ਹੂਦਲਾ ਸਲਾਮੀ ਸੀ, ਇਹ ਆਪਣੇ ਵਕਤ ਦੇ ਰਸੂਲ ਵੀ ਸਨ। ਔਰ ਪਿਛਾ ਰਾਮ ਵੀ ਇਹਨਾਂ ਦਾ ਨਾਂ ਸੀ, ਪਿਸ਼ਾਵਰ ਸ਼ਹਿਰ ਇਹਨਾਂ ਦੇ ਨਾਂ ਤੋਂ ਉਸਾਰਿਆ ਗਿਆ ਸੀ। ਅੱਗੋਂ ਗੋਰਖ ਜਾਂ ਹਜ਼ਰਤ ਹੂਦਲਾ ਸਲਾਮ ਦੇ ਪੁੱਤਰ ਹੋਏ ਨੇ ਕਿ ਅਰੜ, ਅਰੜ ਦੇ ਨਾਂ ਤੋਂ ਕਿਲ੍ਹਾ ਹਰੀਰ, ਦਾਦੂ ਦੇ ਵਿੱਚ 6100 ਫੁੱਟ ਉੱਚਾ, ਗੱਬਰ, ਬੱਬਰ, ਤੰਦੂਰ, ਬਰਬਰਾ, ਹੇਮ ਅਤੇ ਬੇਮ। ਇਹਨਾਂ ਵਿੱਚੋਂ ਬਰਬਰਾ ਦੇ ਪੁੱਤਰ ਹੋਏ ਨੇ ਅਬਰੂ, ਅੱਬਰ ਅਤੇ ਅਬਰੀਨ। ਅੱਗੋਂ ਇਹਨਾਂ ਵਿੱਚੋਂ ਅਬਰੂ ਦੇ ਪੁੱਤਰ ਹੋਏ ਨੇ ਕੈਤਾਨ, ਸੋਮ, ਮਹਿਲਾ, ਅਗਨੀ, ਸੂਈ, ਨਿਰਸਲ, ਸੱਲਾ, ਭੂਮੀ, ਮੰਦਰ, ਮਹਾਨ, ਸਰੂਸ, ਅਰਨੰਦ ਅਤੇ ਯਾਕੂ। ਅੱਗੋਂ ਕੈਤਾਨ ਦੇ ਪੁੱਤਰ ਹੋਏ ਨੇ ਯਕਤਾਨ, ਫਲਜ, ਸਲਜ ਅਤੇ ਯਾਰਬ। ਇਹ ਜਿਹੜੇ ਨੇ ਫਲਜ, ਸਲਜ ਅਤੇ ਯਾਰਬ ਯਮਨ ਚਲੇ ਗਏ, ਇਹਨਾਂ ਉੱਥੇ ਸਬਾਹ ਦਾ ਮੁਲਕ ਵਸਾਇਆ। ਮਲਕਾ ਬਲਕੀਸ ਇਹਨਾਂ ਦੇ ਵਿੱਚੋਂ ਸੀ, ਜਿਹਦਾ ਜ਼ਿਕਰ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਦੇ ਨਾਲ ਕੁਰਾਨ ਪਾਕ 'ਚ ਆਉਂਦਾ। ਅੱਗੋਂ ਯਕਤਾਨ ਜਿਹੜਾ ਸੀ ਉਹਦਾ ਪੁੱਤਰ ਹੋਇਆ ਸ਼ਾਹਰੁਖ ਮੰਬਾ, ਅਤੇ ਸ਼ਾਹਰੁਖ ਮੰਬੇ ਦੇ ਪੁੱਤਰ ਹੋਏ ਨੇ ਨਾਹੂਰ। ਨਾਹੂਰ ਦਾ ਦੂਜਾ ਨਾਂ ਹਜ਼ਰਤ ਅਯੂਬ ਅਲੈਹਿਸ ਸਲਾਮ ਅਵਲ ਸੀ। ਇਹ ਮੁਲਤਾਨ ਦੇ ਬਾਦਸ਼ਾਹ ਵੀ ਸਨ ਅਤੇ ਮੁਲਤਾਨ ਵਿੱਚ ਰਸੂਲ ਵੀ ਸਨ। ਔਰ ਇਹਨਾਂ ਦੀ ਕਬਰ ਜਿਹੜੀ ਹੈ ਮੁਲਤਾਨ ਦੇ ਬੂਹੜ ਗੇਟ ਦੇ ਅੰਦਰ ਬਾਹਰ ਹੈ। ਅੱਗੋਂ ਇਹਨਾਂ ਦੇ ਨਾਹੂਰ ਜਾਂ ਹਜ਼ਰਤ ਅਯੂਬ ਅਲੈਹਿਸ ਸਲਾਮ ਪਹਿਲੇ ਜਿਹੜੇ ਨੇ, ਉਹਨਾਂ ਦੇ ਪੁੱਤਰ ਹੋਏ ਨੇ ਸ਼ੱਬਰ, ਬਸ਼ਰ, ਸ਼ਬੀਰ, ਬਸ਼ੀਰ ਅਤੇ ਖਾਰਾਨ। ਖਾਰਾਨ ਜਿਹੜੇ ਨੇ ਸਾਇਰਾ ਦੇ ਵਾਲਿਦ ਸਨ,
ਅਤੇ ਤਾਰਖ ਅਤੇ ਆਜ਼ਰ। ਅੱਗੋਂ ਤਾਰਖ ਤੇ ਹੋਏ ਨੇ ਹਜ਼ਰਤ ਇਬਰਾਹੀਮ ਅਲੈਹ ਸਲਾਮ ਅਤੇ ਫਾਊਰ ਨਾਹੂਰ ਅਤੇ ਹਾਰਾਨ। ਇਹਨਾਂ ਵਿੱਚੋਂ ਫਾਊਰ ਹਕੀਮ ਲੁਕਮਾਨ ਦੇ ਵਾਲਿਦ ਸਨ ਅਤੇ ਹਾਰਾਨ ਹਜ਼ਰਤ ਲੂਤ ਹੋਰਾਂ ਦੇ ਵਾਲਿਦ ਸਨ। ਨਾਹੂਰ ਦੇ ਦੋ ਪੁੱਤਰ ਲਾਬਾਨ ਅਤੇ ਨੀਟੂਏਲ ਹੋਏ। ਲਾਬਾਨ ਦੀਆਂ ਦੋ ਧੀਆਂ ਰਾਹੀਲ ਅਤੇ ਲਈਆ ਹੋਈਆਂ, ਜਿਹੜੀਆਂ ਹਜ਼ਰਤ ਯਾਕੂਬ ਅਲੈਹ ਸਲਾਮ ਨਾਲ ਵਹੀਜੀਆਂ, ਅਤੇ ਨੀਟੂਏਲ ਦੇ ਉਹਨਾਂ 'ਚੋਂ ਹਜ਼ਰਤ ਆਪਣਾ ਜੋ ਹਜ਼ਰਤ ਯਾਕੂਬ ਅਲੈਹ ਸਲਾਮ ਨਾਲ ਭੇਜੀਆਂ, ਅਤੇ ਨੀਟੂਏਲ ਦੀ ਇੱਕ ਧੀ ਬਰਮਕਾ ਹੋਈ ਜਿਹੜੀ ਹਜ਼ਰਤ ਇਸਹਾਕ ਨਾਲ ਪਰਨੀਜੀ, ਅਤੇ ਉਸ ਦੀ ਕੁੱਖੋਂ ਦੋ ਜੋੜੇ ਪੁੱਤਰ ਐਸੂ ਅਤੇ ਯਾਕੂਬ ਹੋਏ। ਅੱਗੋਂ ਹਜ਼ਰਤ ਇਬਰਾਹੀਮ ਅਲੈਹ ਸਲਾਮ, ਜਿਨ੍ਹਾਂ ਨੂੰ ਹਿੰਦੀ 'ਚ ਬ੍ਰਹਮਾ ਆਖਿਆ ਗਿਆ, ਉਹਨਾਂ ਦੀਆਂ ਚਾਰ ਸਵਾਣੀਆਂ ਵਿੱਚੋਂ 13 ਪੁੱਤਰ ਹੋਏ। ਉਹਨਾਂ ਦੀ ਪਹਿਲੀ ਜਿਹੜੀ ਸਵਾਣੀ ਸੀ ਹਜ਼ਰਤ ਸਾਇਰਾ, ਉਹਨਾਂ ਦੇ ਘਰ ਪੁੱਤਰ ਹੋਇਆ ਹਜ਼ਰਤ ਇਸਹਾਕ ਅਲੈਹ ਸਲਾਮ, ਜਿਨ੍ਹਾਂ ਨੂੰ ਹਿੰਦੀ 'ਚ ਅੰਗਰ ਸੀ ਭਗਵਾਨ ਆਖਿਆ ਗਿਆ। ਅਤੇ ਉਹਨਾਂ ਦੀ ਦੂਸਰੀ ਬੀਵੀ ਜਿਹੜੀ ਸੀ, ਉਹਨਾਂ ਦਾ ਨਾਂ ਹਾਜਰਾ ਸੀ। ਹਾਜਰਾ ਦੇ ਘਰ ਹਜ਼ਰਤ ਇਸਮਾਈਲ ਅਲੈਹ ਸਲਾਮ ਹੋਏ, ਜਿਨ੍ਹਾਂ ਨੂੰ ਹਿੰਦੀ 'ਚ ਅਥਰੂ ਭਗਵਾਨ ਆਖਿਆ ਗਿਆ। ਉਹਨਾਂ ਦੀ ਤੀਸਰੀ ਜਿਹੜੀ ਤ੍ਰੀਮਤ ਸੀ, ਉਹਦਾ ਨਾਂ ਸੀ ਕਤੂਰਾ। ਕਤੂਰਾ ਦੇ ਘਰ 6 ਪੁੱਤਰ ਅਤੇ 1 ਧੀ ਲਾਲੀ ਬਾਈ ਹੋਈ। ਅਤੇ ਚੌਥੀ ਜਿਹੜੀ ਉਹਨਾਂ ਦੀ ਜ਼ਾਲ ਸੀ ਹਾਜੀਆਂ, ਉਹਦੇ ਘਰ 5 ਪੁੱਤਰ ਅਤੇ 1 ਧੀ ਲਬੂਦਾ ਬਾਈ ਹੋਈ। ਅੱਗੋਂ ਹਜ਼ਰਤ ਇਸਮਾਈਲ ਸਲਾਮ ਜਿਹੜੇ ਨੇ, ਉਹਨਾਂ ਦੇ 3 ਵਿਆਹ ਹੋਏ ਸਨ, ਔਰ ਉਹਨਾਂ ਦੀ ਜਿਹੜੀ ਔਲਾਦ ਹੈ ਬਸ ਇੱਕੋ ਬੀਵੀ ਜਿਹਦਾ ਨਾਮ ਮਿਜ਼ਾਕ ਸੀ ਉਹਦੇ ਵਿੱਚੋਂ ਹੋਈ। ਅਤੇ ਉਸ ਦੇ ਵਿੱਚੋਂ ਪੁੱਤਰ ਹੋਏ ਨਿਆਬੂਤ, ਜਿਹਨੂੰ ਕਿਰਨ ਵੀ ਕਿਹਾ ਗਿਆ, ਮਿਸ਼ਾ ਜਿਹਨੇ ਮੱਕਾ ਵਸਾਇਆ, ਕੀਦਾਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜੱਦੇ ਅਮਜਦ, ਅਤੇ ਉਮੇਲ ਅਤੇ ਪਮੇਲ, ਇਹਨਾਂ ਨੂੰ ਸਾਹਬਿਰਾਸ ਆਖਿਆ ਗਿਆ। ਰੋਹਾ, ਹਿਰਾ, ਯਤੂਰ, ਤੀਮਾ, ਨਾਫਸ, ਅਤੇ ਇੱਕ ਧੀ ਬਿਸਮਾ ਹੋਈ ਜਿਹੜੀ ਹਜ਼ਰਤ ਇਸਹਾਕ ਦੇ ਪੁੱਤਰ ਐਸੂ ਨਾਲ ਵਿਆਹੀ ਗਈ, ਅਤੇ ਉਸ ਦੀ ਕੁੱਖੋਂ ਰੂਮੀ ਸੁਲਤਾਨਾਂ ਦਾ ਮੋਢੀ ਜਿਹੜਾ ਰੋਮ ਜੰਮਿਆ। ਅੱਗੋਂ ਨਿਆਬੂਤ ਕਿਰਨ ਦਾ ਪੁੱਤਰ ਹੋਇਆ ਉੱਤਰੀ। ਉੱਤਰੀ ਦਾ ਦੂਜਾ ਨਾਂ ਅਰਚੀ ਵੀ ਸੀ, ਸ਼ਮਾਇਲ ਵੀ ਸੀ, ਨਾਰਾਇਣ ਵੀ ਸੀ। ਅਤੇ ਇਹ ਜਿਹੜਾ ਉੱਤਰੀ ਹੈ, ਇਹਦੀ ਔਲਾਦ ਜਿਹੜੀ ਹੈ ਪਰਤ ਕੇ ਸਿੰਧ ਵਲਾਇਤ ਆਰੀਆ ਜੱਟ ਦੇਸ਼ ਜਾਂ ਜਾਟਕਿਸਤਾਨ ਦੇ ਵਿੱਚ ਵਾਪਸ ਆ ਗਏ। ਅਤੇ ਇਹਦੇ ਪੁੱਤਰ ਹੋਏ ਈਲਾ, ਅਰਮਾ, ਅਰੂਦ, ਨਰੀ, ਵਰੂਨ ਅਤੇ ਸਮੁੰਦਰਮਾਨ। ਇਹਨਾਂ ਵਿੱਚੋਂ ਨਰੀ ਸੂਰਜਬੰਸੀ ਜੱਟਾਂ ਦਾ ਮੋਢੀ ਸੀ। ਵਰੂਨ ਦੀ ਨਸਲੋਂ ਜਮਗਦਨੀ ਅਤੇ ਪਰਸੁਰਾਮ, ਜਿਹੜਾ ਹਿੰਦੂਆਂ ਦਾ 6ਵਾਂ ਅਵਤਾਰ ਉਹ ਹੋਏ ਨੇ। ਅਤੇ ਸਮੁੰਦਰਮਾਨ ਦੀ ਨਸਲੋਂ ਚੰਦਰਮਾਨ ਹੋਇਆ, ਜਿਹੜਾ ਚੰਦਰਬੰਸੀ ਜੱਟਾਂ ਦਾ ਕਬੀਲਾ, ਜਿਹੜਾ ਭੱਟੀਆਂ ਦਾ ਖਾਨਦਾਨ ਹੈ। ਅੱਗੋਂ ਨਰੀ ਦਾ ਪੁੱਤਰ ਹੋਇਆ ਸੂਰਜ। ਸੂਰਜ ਦਾ ਪੁੱਤਰ ਕਸ਼ੇਪ ਹੋਇਆ। ਕਸ਼ੇਪ ਦਾ ਪੁੱਤਰ ਕਿਰਨ। ਕਿਰਨ ਦਾ ਪੁੱਤਰ ਫਿਰ ਕਸ਼ੇਪ ਹੋਇਆ। ਅਤੇ ਕਸ਼ੇਪ ਦਾ ਪੁੱਤਰ ਹੋਇਆ ਦਿਓਲ। ਦਿਓਲ ਦੇ ਦੋ ਪੁੱਤਰ ਹੋਏ ਨੇ ਮੰਨੂ ਅਤੇ ਵੱਛਾ। ਮੰਨੂ ਜਿਹੜਾ ਉਹਦਾ ਉਹਦੀ ਰਾਮਚੰਦਰ ਜੀ ਦਾ ਜਿਹੜਾ ਖਾਨਦਾਨ ਹੈ ਉਹਦੀ ਨਸਲ ਹੋਇਆ। ਅਤੇ ਵੱਛਾ ਪਹਿਲਾ ਸੂਰਜਬੰਸੀ ਜੱਟ ਮਹਾਰਾਜਾ ਸੀ। ਅੱਗੋਂ ਵੱਛੇ ਦਾ ਪੁੱਤਰ ਕਛਵਾ ਹੋਇਆ। ਇਹ ਪਹਿਲਾ ਸੂਰਜਬੰਸੀ ਅਵਤਾਰ ਹੋਏ ਨੇ। ਅਤੇ ਕਛਵੇ ਦਾ ਪੁੱਤਰ ਬੁੱਧਪਾਲ। ਬੁੱਧਪਾਲ ਦਾ ਸ਼ਸ਼ਪਾਲ। ਸ਼ਸ਼ਪਾਲ ਦਾ ਹਮਸਾ ਚਾਲਕ। ਹਮਸਾ ਚਾਲਕ ਦਾ ਪੁੱਤਰ ਆਦੂ ਚਾਲਕ। ਆਦੂ ਚਾਲਕ ਦਾ ਪੁੱਤਰ ਨਿਰਮਲ ਚਾਲਕ। ਨਿਰਮਲ ਚਾਲਕ ਦਾ ਪੁੱਤਰ ਨਿਰਾਸ਼ਨਸ ਚਾਲਕ। ਨਿਰਾਸ਼ਨਸ ਚਾਲਕ ਦਾ ਪੁੱਤਰ ਮਹਿੰਦਰ ਚਾਲਕ। ਮਹਿੰਦਰ ਚਾਲਕ ਦਾ ਪੁੱਤਰ ਮਾਸ ਚਾਲਕ। ਮਾਸ ਚਾਲਕ ਦਾ ਪੁੱਤਰ ਮਾਲਕੂ ਚਾਲਕ। ਮਾਲਕੂ ਚਾਲਕ ਦਾ ਪੁੱਤਰ ਸੂਰਜ ਚਾਲਕ। ਸੂਰਜ ਚਾਲਕ ਦਾ ਪੁੱਤਰ ਲੀਲਾ ਚਾਲਕ। ਲੀਲਾ ਚਾਲਕ ਦਾ ਪੁੱਤਰ ਅੰਮ੍ਰਿਤ ਚਾਲਕ।
ਅੰਮ੍ਰਿਤ ਚਾਲਕ ਦਾ ਪੁੱਤਰ ਗਿਆਨ ਚਾਲਕ ਅਤੇ ਗਿਆਨ ਚਾਲਕ ਦਾ ਪੁੱਤਰ ਅਮਰਮੱਲ, ਅਮਰਮੱਲ ਦਾ ਪੁੱਤਰ ਗੁਲਾਬ ਚਾਲਕ ਅਤੇ ਗੁਲਾਬ ਚਾਲਕ ਦਾ ਪੁੱਤਰ ਹਸ਼ਮਤ ਚਾਲਕ, ਹਸ਼ਮਤ ਚਾਲਕ ਦਾ ਪੁੱਤਰ ਭੂਰਾ ਚਾਲਕ, ਭੂਰਾ ਚਾਲਕ ਦਾ ਪੁੱਤਰ ਜ਼ਬਰਮੱਲ, ਜ਼ਬਰਮੱਲ ਦਾ ਪੁੱਤਰ ਹੰਸਰ ਰਾਜ, ਹੰਸਰ ਰਾਜ ਦਾ ਪੁੱਤਰ ਭੋਜਰਾਜ, ਭੋਜਰਾਜ ਦਾ ਪੁੱਤਰ ਸੂਰਜਮੁਖੀ ਰਾਜ ਅਤੇ ਸੂਰਜਮੁਖੀ ਰਾਜ ਦਾ ਪੁੱਤਰ ਕਿਰਨ ਰਾਜ, ਕਿਰਨ ਰਾਜ ਦਾ ਪੁੱਤਰ ਚੰਦਰ ਸਿੰਘ ਰਾਜ ਅਤੇ ਚੰਦਰ ਸਿੰਘ ਰਾਜ ਦਾ ਪੁੱਤਰ ਗਵਾ ਸੰਘ ਸੀਨ, ਗਵਾ ਸੰਘ ਸੀਨ ਦਾ ਪੁੱਤਰ ਬਾਲਦਾ ਸੀਨ ਅਤੇ ਬਾਲਦਾ ਸੀਨ ਦਾ ਪੁੱਤਰ ਦੂਦੇਸ਼ੀ ਰਾਜ, ਦੂਦੇਸ਼ੀ ਰਾਜ ਦਾ ਪੁੱਤਰ ਹੰਸਾ ਸੀਨ ਅਤੇ ਹੰਸਾ ਸੀਨ ਦਾ ਪੁੱਤਰ ਮੂਲ ਰਾਜ, ਮੂਲ ਰਾਜ ਦਾ ਪੁੱਤਰ ਚਾਲਕ ਰਾਜ ਅਤੇ ਚਾਲਕ ਰਾਜ ਦਾ ਪੁੱਤਰ ਸੋਤਰਕ ਰਾਜ, ਸੋਤਰਕ ਰਾਜ ਦਾ ਪੁੱਤਰ ਸਰੋਇਆ ਰਾਜ ਅਤੇ ਸਰੋਇਆ ਰਾਜ ਦਾ ਪੁੱਤਰ ਮੱਲ ਰਾਮ ਮੱਲੀ, ਅਤੇ ਮੱਲ ਰਾਮ ਮੱਲੀ ਦਾ ਪੁੱਤਰ ਹੋਇਆ ਸ਼ਜਰਾ, ਅਤੇ ਸ਼ਜਰਾ ਦੇ ਪੁੱਤਰ ਹੋਏ ਨੇ ਕੁਚਾਲਾ, ਮਰਗੜ, ਸ਼ੈਖ, ਲੱਲੂ, ਪੀਰੂ, ਬੁਲੰਦ, ਬੁਲੰਦ ਭੱਟੀ ਵਿੱਚ ਵੀ ਹੈ, ਜੇਠਾ। ਅੱਗੋਂ ਕੁਚਾਲਾ ਜਿਹੜਾ ਇਹਦੇ ਪੁੱਤਰ ਹੋਏ ਨੇ ਕੱਚਾ, ਇਹ ਚਾਚੜ 'ਚ ਵੀ ਹੈ, ਪੁਸਤ, ਸ਼ੇਖਾ, ਸ਼ੋਖਾ, ਕਸ਼ਕੋਲ ਅਤੇ ਕਚਕੋਲ ਅਤੇ ਮੱਸਾ। ਤੋਂ ਪਿਆਰਿਓ, ਇਹ ਸੀ ਕੁਚਾਲਾ ਜੱਟ ਕਬੀਲੇ ਦਾ ਅਹਿਵਾਲ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ।